ਅਸਲਾਮ ਵਾਲੇਕਮ ਜੀ, ਵੈਲਕਮ ਕਰਦਾ ਆਪਣੇ ਯੂਟਿਊਬ ਚੈਨਲ 'ਤੇ। ਆ ਸਪੈਸ਼ਲ ਵੀਡੀਓ ਮੇਰੇ ਜਿਹੜੇ ਪਾਕਿਸਤਾਨ ਤੋਂ ਬਾਹਰ ਨੇ, ਯਾਨੀ ਕਿ ਦੁਬਈ, ਸਾਊਦੀਆ, ਜਿੱਥੇ ਜਿੱਥੇ ਵੀ ਨੇ ਉਹਨਾਂ ਲਈ, ਕਿ ਵਿਚਾਰਿਆਂ ਨੂੰ ਪਤਾ ਨਹੀਂ ਕਿੰਨੀ ਦੇਰ ਹੋ ਗਈ ਆ ਮਤਲਬ ਕਣਕ ਵੇਖੀ ਨੂੰ ਜਾਂ ਕਮਾਦ ਵੇਖੇ ਨੂੰ। ਮੈਂ ਕਿਹਾ ਚਲੋ ਅੱਜ ਉਹਨਾਂ ਪਰ ਦੇਸੀ ਭਾਈਆਂ ਲਈ ਵੀਡੀਓ ਬਣਾ ਦਿਆਂ, ਇੱਕ ਬਰਸਨ ਵੇਖਿਆ ਨੂੰ ਬਈ ਚੱਲੇ। ਮੈਂ ਚੱਲਾਂ ਸਰ ਬਰਸਨ ਵੱਢਣ, ਸਰੋਂ ਆ। ਮੈਂ ਕਿਹਾ ਚਲੋ ਭਾਈਆਂ ਨੂੰ ਵੀਡੀਓ ਆ ਦੀਏ, ਵੀਡੀਓ ਅੱਛੀ ਲੱਗੇ, ਵੀਡੀਓ ਨੂੰ ਲਾਈਕ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਹੜਾ ਬਈ ਨਵਾਂ ਆ। ਉਹ ਵੇਖੋ ਮੇਰੇ ਨਾਲ ਦੇ ਦੋ ਅੱਗੇ ਜਾ ਰਹੇ ਨੇ ਰੇਹੜੀ ਲੈ ਕੇ, ਪਤਾ ਨਹੀਂ ਉਹਨਾਂ ਭਰਾਵਾਂ ਨੇ ਇੱਦਾਂ ਦੀ ਜਿਹੜੀ ਚੱਸ ਆ ਸਵੇਰੇ ਸਵੇਰੇ ਉੱਠ ਕੇ ਮੁਰੱਬੇ ਹੋਣ ਦੀ, ਕਦੋਂ ਦੀ ਲਈ ਹੋਣੀ ਆ। ਵੇਖ ਸਕਦੇ ਹੋ ਅਸੀਂ ਜਾ ਰਹੇ ਹਾਂ ਡੇਰੇ ਬਰਸਨ ਵੱਢਣ। ਆ ਵੇਖੋ ਮਾਸ਼ਾਅੱਲਾ ਕਿੱਡੀ ਪਿਆਰੀ ਕਣਕ ਹੋਈ, ਬਸ ਇਹਨੇ ਮਾਸ਼ਾਅੱਲਾ ਛੇਤੀ ਪੱਕ ਜਾਣਾ। ਮੁੜ ਕੇ ਫਿਰ ਕਮਾਦਾਂ ਤੋਂ ਹਟਣਾ ਸਾਂ, ਮੁੜ ਕੇ ਨਾ ਕਣਾ ਜੋ ਹੋਈ ਵੱਢ ਲਓ ਕਣਕ, ਨਾਲੇ ਕਣਕ ਵੱਢਣ ਦੀ ਆਪਣਾ ਮਜ਼ਾ ਆਪਣੀ ਚੱਸ। ਕਣਕ ਤੁਹਾਨੂੰ ਪਤਾ, ਮੈਂ ਇਸ ਤੋਂ ਵੀਡੀਓ ਬਣਾ ਰਿਹਾ ਕਿਉਂਕਿ ਮੈਨੂੰ ਇੱਕ ਭਾਈ ਦਾ ਨਾ ਕਮੈਂਟ ਆਇਆ ਸੀ ਦੁਬਈ ਤੋਂ। ਭਾਈ ਕਹਿ ਰਿਹਾ ਸੀ ਕਿ ਯਾਰ ਪਲੀਜ਼ ਇੱਕ ਵੀਡੀਓ ਮੁਰੱਬੇ ਦੀ। ਮੈਂ ਕਿਹਾ ਜ਼ਰੂਰ ਜ਼ਰੂਰ, ਕਿਉਂ ਨਹੀਂ, ਜ਼ਰੂਰ ਬਣਾਵਾਂਗੇ। ਆ ਵੇਖੋ ਕਿੰਨਾ ਕਿੰਨਾ ਪਿਆਰਾ ਅੰਦਾਜ਼ ਰੂੜੀ ਰੂੜੀ ਲਾਉਣ ਦਾ। ਹੁਣ ਔਖਾ ਹੋ ਗਿਆ ਸੀ, ਨਾਲ ਕੈਮਰਾ ਮੈਨ ਨੂੰ ਆਉਣਾ ਪੈਣਾ। ਆ ਗਈ ਯੋਰ ਲਾ ਕੇ, ਲਾ ਦਿਓ ਯੋਰ ਲਾ ਦਿਓ, ਇੱਥੇ ਹਾਂ ਜੀ। ਰੂੜੀ ਲਾ ਥਰੀ, ਨਹੀਂ ਮੈਨੂੰ ਨੀ ਪਤਾ। ਹੁਣ ਅਸੀਂ ਹੌਲੀ ਹੌਲੀ ਜਾਵਾਂਗੇ ਉਹ ਅੱਗੇ, ਕਿ ਰੇੜੀ ਬਾਅਦ 'ਚ ਲੈ ਜਾਵਾਂਗੇ, ਆਈਏ ਤੇ ਸਿੱਧੀ ਪੱਧਰੀ ਕਰਨੀ ਆ। ਲੈਣੇ ਪੱਠੇ ਚੱਕਰ, ਬੜਾ ਖੂਬਸੂਰਤ ਕੀ ਬਹੁਤ ਹੀ ਖੂਬਸੂਰਤ ਅੰਦਾਜ਼ ਰੇਡੀ ਜੋਣ ਦਾ। ਆ ਤੁਸੀਂ ਵੇਖ ਸਕਦੇ ਹੋ ਅਸੀਂ ਆਏ ਹਾਂ ਹੁਣ ਪੱਠੇ ਵੱਢਣ, ਅਸੀਂ ਪੱਠੇ ਵੱਢਾਂਗੇ। ਅਸੀਂ ਹੁਣ ਪਹਿਲਾਂ ਭਾਈ ਵੀ ਹਿਸਾਬ ਲਾਉਣ ਲੱਗੇ ਹਾਂ ਵੀ ਸਾਡੇ ਪੱਠੇ ਕੱਲ੍ਹ ਕਿਸੇ ਨੇ ਵੱਢੇ ਆ ਕਿ ਨਹੀਂ ਵੱਢੇ, ਕਿਉਂਕਿ ਮੈਂ ਜਿੱਦਾਂ ਛੱਡ ਕੇ ਗਿਆ ਸਾਂ, ਮੈਂ ਹੁਣ ਵੇਖ ਸਕਦਾ ਨਹੀਂ ਵੱਢੇ। ਕੱਲ੍ਹ ਮੈਂ ਟੱਕ ਇੱਥੇ ਛੱਡ ਕੇ ਗਿਆ ਸਾਂ ਅਤੇ ਇੱਥੇ ਹੀ ਆ। ਜਦੋਂ ਤੁਸੀਂ ਮੇਰੀ ਵੀਡੀਓ ਮੁਕੰਮਲ ਵਹਿੰਦੇ ਜੇ ਤੋੜ ਤਾਂ ਵਹਿੰਦੇ ਜੇ, ਅਗਰ ਸਬਸਕ੍ਰਾਈਬ ਕਰ ਦਿਆ ਕਰੋ, ਬੜੀ ਮਿਹਰਬਾਨੀ, ਬਹੁਤ ਬਹੁਤ ਸ਼ੁਕਰੀਆ।